सब्सक्राइब कीजिए हेल्थ समाधान चैनल ਅਤੇ ਲੇਟੈਸਟ ਨੁਸਖਾ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ। ਹੈਲੋ ਦੋਸਤੋ, ਮੈਂ ਹਾਂ ਜਸਪਾਲ ਤੂਰ ਅਤੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਹੈਲਥ ਸਮਾਧਾਨ। ਸਾਡੇ YouTube ਚੈਨਲ ਹੈਲਥ ਸਮਾਧਾਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਜਲਦੀ ਹਾਈਟ ਵਧਾਉਣ ਦੇ ਆਸਾਨ ਤਰੀਕੇ ਜਾਂ ਘਰੇਲੂ ਨੁਸਖਿਆਂ ਬਾਰੇ। ਪਰ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਸਾਡੇ ਸਰੀਰ ਵਿੱਚ ਲੰਬਾਈ ਸਾਡੀ ਪਰਸਨੈਲਿਟੀ ਦਾ ਅਹਿਮ ਹਿੱਸਾ ਹੁੰਦੀ ਹੈ। ਜਿਨ੍ਹਾਂ ਦਾ ਕੱਦ ਲੰਬਾ ਹੁੰਦਾ ਹੈ ਉਹ ਦਿਖਣ ਵਿੱਚ ਆਕਰਸ਼ਕ ਲੱਗਦੇ ਹਨ। ਇਸ ਲਈ ਮੁੰਡਾ ਹੋਵੇ ਜਾਂ ਕੁੜੀ, ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਹਾਈਟ ਘੱਟ ਨਾ ਰਹੇ। ਅੱਜ ਕੱਲ ਛੋਟੀ ਉਮਰ ਵਿੱਚ ਹੀ ਬੱਚੇ ਆਪਣੀ ਘੱਟ ਹਾਈਟ ਨੂੰ ਲੈ ਕੇ ਵਿਆਕੁਲ ਹੋ ਜਾਂਦੇ ਹਨ। ਅਜਿਹੀਆਂ ਬਹੁਤ ਚੀਜ਼ਾਂ ਹਨ ਜਿਸ ਦੇ ਨਾਲ ਅਸੀਂ ਆਪਦੀ ਲੰਬਾਈ ਵਧਾ ਸਕਦੇ ਹਾਂ, ਜਿਵੇਂ ਯੋਗਾ, ਐਕਸਰਸਾਈਜ਼ ਅਤੇ ਸਾਡੀ ਡਾਇਟ। ਅੱਜ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਲੰਬਾਈ ਵਧਾਉਣ ਦੇ ਘਰੇਲੂ ਨੁਸਖਿਆਂ ਬਾਰੇ। ਜਿਨ੍ਹਾਂ ਮੁੰਡਿਆਂ ਅਤੇ ਕੁੜੀਆਂ ਦੀ ਲੰਬਾਈ ਘੱਟ ਹੁੰਦੀ ਹੈ ਉਹ ਆਪਣੇ ਆਪ ਨੂੰ ਹੋਰਾਂ ਨਾਲੋਂ ਘੱਟ ਆਖਦੇ ਹਨ ਅਤੇ ਹਮੇਸ਼ਾ ਆਪਣੀ ਹਾਈਟ ਵਧਣ ਦੇ ਬਾਰੇ ਵਿੱਚ ਸੋਚਦੇ ਰਹਿੰਦੇ ਹਨ। ਜੇਕਰ ਤੁਸੀਂ ਵੀ ਆਪਣੀ ਲੰਬਾਈ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਅਜਿਹੇ ਫੂਡਸ ਖਾਣੇ ਚਾਹੀਦੇ ਹਨ ਜਿਨ੍ਹਾਂ ਨਾਲ ਸਾਡੇ ਸਰੀਰ ਵਿੱਚ ਹਾਰਮੋਨਸ ਨੂੰ ਬੈਲੈਂਸ ਕਰਨ ਵਿੱਚ ਮਦਦ ਮਿਲੇ। ਪਾਲਕ ਵਿੱਚ ਕੈਲਸ਼ੀਅਮ, ਫਾਈਬਰ, ਵਿਟਾਮਿਨ ਅਤੇ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜਿਸ ਦੇ ਨਾਲ ਸਾਡੀ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਹੈ ਅਤੇ ਇਹ ਕੱਦ ਲੰਮਾ ਕਰਨ ਵਿੱਚ ਵੀ ਅਸਰਦਾਰ ਹੁੰਦਾ ਹੈ। ਡਾਇਟ ਵਿੱਚ ਪਾਲਕ ਨੂੰ ਸ਼ਾਮਿਲ ਕਰਕੇ ਤੁਹਾਡੀ ਹਾਈਟ ਵੱਧ ਸਕਦੀ ਹੈ। ਇਸ ਨੂੰ ਪਕਾ ਕਰ ਸਬਜ਼ੀ ਬਣਾ ਕਰ ਖਾ ਸਕਦੇ ਹੋ। ਬੈਰੋਕੋਲੀ ਇੱਕ ਅਜਿਹੀ ਸਬਜ਼ੀ ਹੈ ਜੋ ਫੁੱਲ ਗੋਭੀ ਵਰਗੀ ਦਿਖਦੀ ਹੈ। ਇਸ ਦਾ ਰੰਗ ਹਰਾ ਹੁੰਦਾ ਹੈ। ਇਸ ਸਬਜ਼ੀ ਵਿੱਚ ਵਿਟਾਮਿਨ ਸੀ ਅਤੇ ਆਇਰਨ ਜ਼ਿਆਦਾ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਵਧਾਉਣ ਦੇ ਨਾਲ ਨਾਲ ਕੈਂਸਰ ਸੈੱਲ ਤੋਂ ਲੜਨ ਵਿੱਚ ਵੀ ਮਦਦ ਕਰਦਾ ਹੈ। ਸਰਗਮ ਹਾਈਟ ਵਧਾਉਣ ਦੇ ਨਾਲ ਹਾਰਮੋਨਸ ਨੂੰ ਬੜਾਵਾ ਦਿੰਦਾ ਹੈ। ਇਸ ਵਿੱਚ ਵਿਟਾਮਿਨ, ਮਿਨਰਲਸ, ਪ੍ਰੋਟੀਨਸ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਤੁਸੀਂ ਇਸ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਜਾਂ ਫਿਰ ਇਸ ਦਾ ਜੂਸ ਪੀ ਸਕਦੇ ਹੋ ਜਾਂ ਫਿਰ ਸਰਗਮ ਨੂੰ ਕੱਚਾ ਵੀ ਖਾ ਸਕਦੇ ਹੋ। ਬੀਨਸ ਵਿੱਚ ਕਈ ਪ੍ਰਕਾਰ ਦੇ ਤੱਤ ਹੁੰਦੇ ਹਨ ਜਿਵੇਂ ਫਾਈਬਰ, ਵਿਟਾਮਿਨਸ, ਕਾਰਬੋਹਾਈਡਰੇਟ ਅਤੇ ਪ੍ਰੋਟੀਨ ਜੋ ਬਾਡੀ ਵਿੱਚ ਹਾਈਟ ਹਾਰਮੋਨਸ ਦੇ ਗ੍ਰੋਥ ਨੂੰ ਬੜਾਵਾ ਦਿੰਦੇ ਹਨ। ਹਰ ਰੋਜ਼ ਸੋਇਆਬੀਨ ਵੜੀ ਖਾਣਾ ਵੀ ਲੰਬਾਈ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ। ਸੋਇਆਬੀਨ ਵਿੱਚ ਪ੍ਰੋਟੀਨ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਜੋ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਟਿਸ਼ੂ ਨੂੰ ਮਜ਼ਬੂਤ ਕਰਦਾ ਹੈ। ਪ੍ਰੋਟੀਨ ਦੇ ਇਲਾਵਾ ਇਸ ਵਿੱਚ ਵਿਟਾਮਿਨਸ, ਕਾਰਬੋਹਾਈਡਰੇਟ ਅਤੇ ਫਾਈਬਰ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਨੂੰ ਤੁਸੀਂ ਉਬਾਲ ਕੇ ਜਾਂ ਫਿਰ ਸਬਜ਼ੀ ਬਣਾ ਕੇ ਖਾ ਸਕਦੇ ਹੋ। ਚਾਹੇ ਤੁਹਾਨੂੰ ਆਪਣਾ ਭਾਰ ਘਟਾਉਣਾ ਹੋਵੇ ਜਾਂ ਵਧਾਉਣਾ ਹੋਵੇ ਜਾਂ ਫਿਰ ਤੁਹਾਨੂੰ ਆਪਣੀ ਹਾਈਟ ਬਣਾਉਣੀ ਹੋਵੇ, ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੇ ਬਦਲਾਵ ਲਿਆਉਣ ਵਿੱਚ ਯੋਗ ਅਤੇ ਐਕਸਰਸਾਈਜ਼ ਕਰਨ ਨਾਲ ਜਲਦੀ ਫਾਇਦਾ ਹੁੰਦਾ ਹੈ। ਲੰਬਾਈ ਵਧਾਉਣ ਲਈ ਰਨਿੰਗ, ਸਵੀਮਿੰਗ, ਰੱਸਾ ਕੁੱਦਣਾ, ਕਿਸੇ ਪਾਈਪ ਉੱਤੇ ਲਮਕਣਾ ਅਤੇ ਸਟ੍ਰੈਚਿੰਗ ਐਕਸਰਸਾਈਜ਼ ਕਰ ਸਕਦੇ ਹੋ। ਜੇਕਰ ਤੁਸੀਂ ਜਿਮ ਜਾਂਦੇ ਹੋ ਅਤੇ ਆਪਣੀ ਲੰਬਾਈ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਆਪਣੇ ਟ੍ਰੇਨਰ ਤੋਂ ਇਸ ਬਾਰੇ ਵਿੱਚ ਜ਼ਰੂਰ ਗੱਲ ਕਰੋ ਤਾਂ ਕਿ ਉਹ ਤੁਹਾਨੂੰ ਅਜਿਹੀ ਕੋਈ ਵੀ ਵਰਕਆਊਟ ਨਾ ਦੱਸੇ ਜਾਂ ਕਰਵਾਵੇ ਜਿਸ ਨਾਲ ਤੁਹਾਡੀ ਹਾਈਟ ਰੁਕ ਜਾਵੇ। ਤਾਂ ਦੋਸਤੋ, ਲੰਬਾਈ ਵਧਾਉਣ ਦਾ ਇਹ ਉਪਾਅ ਦਾ ਇਹ ਵੀਡੀਓ ਤੁਹਾਨੂੰ ਕਿਵੇਂ ਲੱਗਾ?